1985 ਵਿੱਚ ਵਾਪਰੇ ਟਰਾਂਜਿਸਟਰ ਬੰਬ ਕਾਂਡ ਵਿੱਚ ਸਾਰੇ ਮੁਲਜ਼ਮਾਂ ਨੂੰ 35 ਵਰਿਆਂ ਬਾਅਦ ਆਖਿਰ ਇਨਸਾਫ ਮਿਲਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਬਹੁ ਚਰਚਿਤ ਟਰਾਂਜਿਸਟਰ ਬੰਬ ਕਾਂਡ ਦੇ ਸਾਰੇ ਮੁਲਜ਼ਮਾਂ ਨੂੰ ਅਦਾਲਤ ਵੱਲੋਂ ਬਰੀ ਕਰਨ ਦੇ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਬੇਕਸੂਰ ਲੋਕਾਂ ਨੂੰ ਮੁਲਜ਼ਮ ਬਣਾ ਕੇ ਉਹਨਾਂ ਉੱਪਰ ਅੰਨਾ ਤਸ਼ੱਦਦ ਢਾਇਆ ਗਿਆ। ਉਹਨਾਂ ਕਿਹਾ ਕਿ ਭਾਵੇਂ ਇਸ ਮਾਮਲੇ ਨੂੰ ਤਕਰੀਬਨ 35 ਵਰੇ ਹੋ ਗਏ ਹਨ, ਪਰ ਦੇਰ ਨਾਲ ਹੀ ਸਹੀ ਆਖਿਰਕਾਰ ਬੇਕਸੂਰਾਂ ਨੂੰ ਨਿਆਂ ਤਾਂ ਮਿਲਿਆ। ਪਰਿਵਾਰ ਕੋ ਪੁਲਿਸ ਨੇ ਟੌਰਚਰ ਕਰਕੇ ਮਾਰਨੇ ਤੱਕ ਕਾ ਕਾਮ ਕੀਆ, ਕਰਤਾਰ ਸਿੰਘ ਨਾਰੰਗ ਸਾਹਿਬ ਕਾ ਬਹੁਤ ਬੁਰਾ ਹਾਲ ਕੀਆ, ਉਨਕੇ ਬੇਟੇ ਕਾ ਇਨਕਾਊਂਟਰ ਕਰਕੇ ਮਾਰ ਦਿਆ, ਦੂਸਰਾ ਬੇਟਾ ਆਜ ਤੱਕ ਮਿਲਾ ਨਹੀਂ, ਐਸਾ ਐਸਾ ਜਨੂਨਾ ਅਪਰਾਧ ਕੀਆ ਪੁਲਿਸ ਨੇ, ਔਰ ਇਸਕੇ ਬਾਵਜੂਦ ਆਜ ਜੱਜ ਸਾਹਿਬ ਨੇ ਇਸ ਭਾਵਨਾ ਕੋ ਸਮਝਤੇ ਹੋਏ ਸਾਰੇ ਪਰਿਵਾਰੋਂ ਕੋ ਦੇਸ਼ ਦੋਸ਼ ਮੁਕਤ ਕੀਆ ਹੈ। 50 ਲੋਕ ਥੇ ਜਿਨਮੇ ਸੇ 6 ਲੋਕ ਜੋ 13 ਲੋਕ ਜੋ ਥੇ ਵੋ ਪਰਮਾਤਮਾ ਕੋ ਪਿਆਰੇ ਹੋ ਗਏ ਇਸ ਦੌਰਾਨ, ਔਰ ਆਜ 30 ਲੋਕੋ ਕੋ ਜੋ ਬਰੀ ਕੀਆ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਕੇਸ ਵਿੱਚ ਬੇਕਸੂਰ ਵਸਾਏ ਗਏ ਵਿਅਕਤੀਆਂ ਦਾ ਹਮੇਸ਼ਾ ਸਾਥ ਦਿੱਤਾ ਹੈ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਹੈ ਕਿ ਵਿਅਕਤੀ ਆਖਿਰਕਾਰ ਬਰੀ ਹੋ ਗਏ। ਦੇਸ਼ ਦੀ ਜੁਡੀਸ਼ਰੀ ਦੇ ਉੱਤੇ ਵੀ ਪੂਰਾ ਭਰੋਸਾ ਰੱਖਦਾ, ਔਰ ਅੱਜ ਜਿੱਥੇ ਇਹਨਾਂ ਦਾ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਹਾਂ, ਧੰਨਵਾਦ ਵੀ ਕਰਦੇ ਹਾਂ ਕਿ ਕਿਸੇ ਵੀ ਭਰਾਵਾਂ ਨੇ ਕੋਈ ਕਦਮ ਪਿੱਛੇ ਨਹੀਂ ਹਟਾਇਆ। ਔਰ ਮੈਂ ਹੁਣ ਦੇਖ ਰਿਹਾ ਸੀ ਕਿ 35 ਸਾਲਾਂ ਦੀ ਇਸ ਲੜਾਈ ਦੇ ਵਿੱਚ 46 ਬੰਦੇ ਜਿਹੜੇ ਉਸ ਵਕਤ ਜਿਨ੍ਹਾਂ ਦੇ ਉੱਤੇ ਮੁਕੱਦਮੇ ਚੱਲੇ ਸੀ, 15 ਉਹ ਵੀਰ ਸਾਡੇ ਵਿੱਚੋਂ ਚਲੇ ਗਏ ਸਿਰਫ ਇਹ ਕੇਸਾਂ ਦੀ ਲੜਾਈ ਲੜਦੇ ਲੜਦੇ। ਉਧਰ ਜਾਗੋ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਨੇ ਦਿੱਲੀ ਦੀ ਜ਼ਿਲ੍ਹਾ ਅਦਾਲਤ ਵੱਲੋਂ 1985 ਵਿੱਚ ਹੋਏ ਟਰਾਂਜਿਸਟਰ ਬੰਬ ਕਾਂਡ ਦੇ 51 ਦੋਸ਼ੀਆਂ ਨੂੰ ਬਰੀ ਕਰਨ ਦੇ ਫੈਸਲੇ ਨੂੰ ਸਿੱਖ ਕੌਮ ਦੇ ਸਵੈਮਾਣ ਅਤੇ ਇਨਸਾਫ਼ ਵਿੱਚ ਸਿੱਖਾਂ ਦੇ ਭਰੋਸੇ ਦੀ ਜਿੱਤ ਦੱਸਿਆ। ਮੈਂ ਇਹ ਸਮਝਦਾ ਵਾਂ ਕਿ ਅੱਜ ਕੌਮ ਦੀ ਬਹੁਤ ਵੱਡੀ ਜਿੱਤ ਹੋਈ ਹੈ। ਇਹ ਨਜਾਇਜ਼ ਜਿਹੜੇ ਕੇਸ ਸਾਡੇ 'ਤੇ ਪਾਏ ਗਏ ਸੀਗੇ, ਅੱਜ 35 ਸਾਲਾਂ ਬਾਅਦ ਇਨਸਾਫ਼ ਮਿਲਿਆ। ਗੁਰੂ ਮਹਾਰਾਜ ਮਿਹਰ ਰੱਖਣ, ਮੈਂ ਸਾਰੀ ਕੌਮ ਨੂੰ, ਸਮੁੱਚੀ ਕੌਮ ਨੂੰ, ਸਿਆਸਤ ਤੋਂ ਉੱਠ ਕੇ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਵਾਂ। ਉਹਨਾਂ ਕਿਹਾ ਕਿ ਇਹ ਕੇਸ ਪੁਲਿਸ ਦੀ ਉਸ ਥਿਊਰੀ ਦੀ ਹਾਰ ਹੈ ਜੋ ਅਦਾਲਤ ਵਿੱਚ ਦੋਸ਼ੀਆਂ ਵਿਰੁੱਧ ਫੋਟੋ ਸਟੇਟ ਕੇਸ ਡਾਇਰੀ 'ਤੇ ਹੀ ਦਲੀਲਾਂ ਦਿੰਦੀ ਰਹੀ। ਇਸ ਦੇ ਬਾਵਜੂਦ ਅਖੌਤੀ ਦੋਸ਼ੀਆਂ ਨੇ ਸਿੱਖੀ ਵਿੱਚ ਅਡੋਲ ਰਹਿ ਕੇ ਸਮਾਜਿਕ ਅਤੇ ਕਾਨੂੰਨੀ ਲੜਾਈ ਲੜੀ, ਜਿਨ੍ਹਾਂ ਦੇ ਸਿਦਕ ਨੂੰ ਸਿਜਦਾ ਕਰਦਾ। ਉਹਨਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਪਿੱਛੋਂ ਦਿੱਲੀ ਵਿੱਚ ਸਿੱਖਾਂ ਦੇ ਰੁੜ ਰਹੇ ਸਵੈਮਾਨ ਨੂੰ ਮੁੜ ਬਹਾਲ ਕਰਨ ਵਿੱਚ ਇਹਨਾਂ 51 ਸਿੱਖਾਂ ਨੇ ਅਹਿਮ ਰੋਲ ਨਿਭਾਇਆ ਸੀ, ਜਿਨ੍ਹਾਂ ਆਪਣੇ ਸਿੱਖੀ ਸਿਦਕ ਵਿੱਚ ਅਡੋਲ ਰਹਿ ਕੇ ਪੁਲਸੀਆ ਤਸ਼ੱਦਦ ਮੂਹਰੇ ਹਾਰ ਨਹੀਂ ਮੰਨੀ ਅਤੇ 35 ਸਾਲ ਬਾਅਦ ਆਖਿਰ ਇਨਸਾਫ਼ ਮਿਲਿਆ। 51 ਦੇ ਵਿੱਚੋਂ 5 ਜਿਹੜੇ ਸੀਗੇ ਉਹ ਇਨਕਾਊਂਟਰ ਕਰ ਦਿੱਤੇ ਸੀ ਪੁਲਿਸ ਨੇ ਇਨਕਾਊਂਟਰ 'ਚ ਮਾਰ ਦਿੱਤੇ ਸੀ। ਦੇਖੋ ਜੀ, ਅੱਜ ਉਹ ਵਿਚਾਰੇ ਬਰੀ ਹੋਏ ਨੇ, ਉਹਨਾਂ 'ਚੋਂ 5 ਨੂੰ ਪੁਲਿਸ ਨੇ ਮਾਰ ਦਿੱਤਾ ਇਨਕਾਊਂਟਰ ਕਰਕੇ। ਲੇਕਿਨ ਇਹ ਸਾਰਾ ਕੇਸ ਫੋਟੋ ਕਾਪੀ 'ਤੇ ਚੱਲਿਆ, ਕਿਉਂਕਿ ਕਾਂਗਰਸ ਦਾ ਰਾਜ ਸੀਗਾ, ਸਬੂਤ ਕੋਈ ਨਹੀਂ, ਅਸਲੀ ਕਾਗਜ਼ ਕੋਈ ਨਹੀਂ, ਫੋਟੋ ਕਾਪੀ 'ਤੇ 85 ਤੋਂ ਲੈ ਕੇ ਅੱਜ ਤੁਸੀਂ ਸਾਲ ਲਾ ਲਓ, 35 ਸਾਲ ਇਹ ਕੇਸ ਚੱਲਿਆ। 35 ਸਾਲਾਂ 'ਚ ਸਾਡੇ ਪਰਿਵਾਰ ਤਬਾਹ ਹੋ ਗਏ, ਲੇਕਿਨ ਗੁਰੂ ਦੀ ਬਖਸ਼ਿਸ਼ ਹੈ। ਉਹਨਾਂ ਦੱਸਿਆ ਕਿ ਕੇਸ ਦੇ ਮੁੱਖ ਮੁਲਜ਼ਮਾਂ ਵਿੱਚੋਂ ਮਹਿੰਦਰ ਸਿੰਘ ਨਾਰੰਗ, ਮਹਿੰਦਰ ਸਿੰਘ ਓਬਰਾਏ, ਇੰਦਰਪਾਲ ਸਿੰਘ ਖਾਲਸਾ, ਮਨਜੀਤ ਸਿੰਘ ਗੋਬਿੰਦਪੁਰੀ, ਹਰਚਰਨ ਸਿੰਘ ਗੁਲਸ਼ਨ, ਗੁਰਮੀਤ ਸਿੰਘ ਫੈਡਰੇਸ਼ਨ ਅਤੇ ਕੁਲਵੀਰ ਸਿੰਘ ਨੂੰ ਮਰਜੀਵੜੇ ਦੱਸਿਆ ਅਤੇ ਵਕੀਲਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਕੇਸ ਲੜਨ ਵਿੱਚ ਪੂਰੀ ਵਾਹ ਲਾਈ। 15 ਦੋਸ਼ੀ ਚਲਾਣਾ ਕਰ ਚੁੱਕੇ ਹਨ ਅਤੇ 5 ਨੂੰ ਮੁਕਾਬਲੇ ਵਿੱਚ ਮਾਰ ਮੁਕਾ ਦਿੱਤਾ ਗਿਆ ਸੀ ਅਤੇ ਰਹਿ ਗਏ 31 ਅੱਜ ਬਰੀ ਕਰ ਦਿੱਤੇ ਗਏ ਹਨ। ਔਰ ਉਸ ਟਰਾਂਜਿਸਟਰ ਬੰਬ ਕਾਂਡ ਦੇ ਵਿੱਚ ਘੱਟੋ ਘੱਟ 51 ਬੰਦੇ ਸਾਡੇ ਸਿੰਘ ਗ੍ਰਿਫਤਾਰ ਹੋਏ ਸਨ। ਉਹਨਾਂ ਦੇ ਵਿੱਚ ਦਿੱਲੀ ਦੇ ਕਈ ਲੀਡਰ, ਭਾਵੇਂ ਉਹ ਮਹਿੰਦਰ ਸਿੰਘ ਨਾਰੰਗ ਹੋਣ, ਭਾਵੇਂ ਉਹ ਮਹਿੰਦਰ ਸਿੰਘ ਓਬਰਾਏ ਹੋਣ, ਇੰਦਰਪਾਲ ਸਿੰਘ ਖਾਲਸਾ ਹੋਣ, ਭਾਵੇਂ ਉਹ ਗੁਲਸ਼ਨ ਜਿਹੜੇ ਕਾਲਕਾ ਜੀ ਤੋਂ ਹੈਗੇ ਨੇ ਸਾਡੇ, ਹਰਚਰਨ ਸਿੰਘ ਗੁਲਸ਼ਨ ਹੋਣ, ਭਾਵੇਂ ਉਹਦੇ ਵਿੱਚ ਮੈਂ ਸਮਝਦਾ ਆਪਣਾ ਫੈਡਰੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਹੋਣ, ਇਸ ਤਰੀਕੇ ਨਾਲ ਬੜੇ ਸੱਜਣਾਂ ਨੇ ਜਿਨ੍ਹਾਂ ਨੇ ਜ਼ਿੰਦਗੀਆਂ ਗਾਲ ਦਿੱਤੀਆਂ। ਅੱਜ 85 ਤੋਂ ਸੋਚੋ ਕਿੰਨੇ ਵਰੇ ਆ ਗਏ, ਔਰ 51 ਬੰਦਿਆਂ 'ਤੇ ਕੇਸ ਹੋਏ ਸੀ, ਅੱਜ ਉਸ ਕੇਸ ਦਾ ਫੈਸਲਾ ਆਇਆ, ਉਸ ਕੇਸ 'ਚ ਸਾਰਿਆਂ ਨੂੰ ਬਰੀ ਕਰ ਦਿੱਤਾ। ਜ਼ਿਕਰੇ ਖਾਸ ਹੈ ਕਿ 1985 ਵਿੱਚ ਰਾਜਧਾਨੀ ਦਿੱਲੀ ਅਤੇ ਇਸ ਦੇ ਨਾਲ ਸ਼ਹਿਰ ਸੋਨੀਪਤ, ਮੇਰਠ ਅਤੇ ਸ਼ਾਹੀਬਾਦ ਵਿੱਚ ਲੜੀਵਾਰ ਹੋਏ ਟਰਾਂਜਿਸਟਰ ਬੰਬ ਧਮਾਕਿਆਂ ਵਿੱਚ 49 ਵਿਅਕਤੀ ਮਾਰੇ ਗਏ ਸਨ। ਇਸ ਕੇਸ ਵਿੱਚ ਪੁਲਿਸ ਨੇ 51 ਬੇਕਸੂਰ ਲੋਕਾਂ ਨੂੰ ਮੁਲਜ਼ਮ ਬਣਾ ਦਿੱਤਾ ਸੀ ਅਤੇ ਅੱਜ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ,
ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਤੇ ਬੱਚਿਆਂ ਦੇ ਵੀਜ਼ਾ LORs SOPs ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।